ਹਾਂਜੀ ਕਿੱਦਾਂ ਸਾਰੇ ਇਹ ਵੀਡੀਓ ਆ ਜੀ ਵੀਡੀਓ ਚ ਇਹ ਆ ਜੀ ਜੋ ਪੰਜਾਬੀ ਕੁੜੀਆਂ ਨੇ ਸੰਸਾਰ ਭਰ ਚ ਮੱਲਾ ਮਾਰੀਆਂ ਪਰ ਸਾਨੂੰ ਨਹੀਂ ਪਤਾ ਉਹਨਾਂ ਬਾਰੇ ਉਸ ਦੀ ਆ ਜੀ ਤੇ ਸ਼ੇਅਰ ਤੁਸੀਂ ਆਪ ਹੀ ਕਰਿਓ ਜੀ ਹੁਣ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਜੀ ਇਹ ਆ ਜੀ ਗੀਨਾਕੌਰ ਸਿੱਧੂ ਜੋ ਕੇ ਅਮਰੀਕਨ ਨੇਵੀ ਚ ਕੰਮ ਕਰਦੇ ਨੇ ਇਹ ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਐ ਜੀ ਗੀਨਾਕੌਰ ਸਿੱਧੂ ਅਮਰੀਕਨ ਨੇਵੀ ਚ ਕੰਮ ਕਰਦੇ ਤੇ ਅੱਗੇ ਵੀ ਹੋਰ ਦਿਖਾਉਣਾ ਤੁਹਾਨੂੰ ਪੰਜਾਬੀ ਕੁੜੀਆਂ ਦੇ ਨੇ ਜੀ ਰਪਿੰਦਰ ਕੌਰ ਜੀ ਰਪਿੰਦਰ ਕੌਰ ਜੀ ਪਹਿਲੇ ਪਗੜੀ ਧਾਰੀ ਸਿੱਖ ਪਾਇਲਟ ਨੇ ਸੰਸਾਰ ਭਰ ਚ ਦਸਤਾਰ ਧਾਰੀ ਸਿੱਖ ਪਾਇਲਟ ਕੁੜੀ ਸੰਸਾਰ ਭਰ ਚ ਹੋਰ ਕੋਈ ਵੀ ਹੈ ਨਹੀਂ ਕੀ ਸਾਨੂੰ ਇਹਨਾਂ ਬਾਰੇ ਪਤਾ ਹੈ ਨਹੀਂ ਪਤਾ ਸਾਨੂੰ ਤਾਂ ਬਸ ਟਿਕਟੌਕ ਤੇ ਨੱਚਣ ਵਾਲੀਆਂ ਦਾ ਪਤਾ ਉਹਨਾਂ ਦੇ ਮਿਲੀਅਨ ਮਿਲੀਅਨ ਫੋਲੋਅਰ ਆ ਤੇ ਜਿਹੜੀਆਂ ਔਰ ਭਾਬੀ ਰਣਜੀਤ ਕੌਰ ਇਦਾਂ ਦੀਆਂ ਦੇ ਸਾਡੇ ਨਿਆਣਿਆਂ ਨੂੰ ਵੀ ਪਤਾ ਭਾਬੀ ਰਣਜੀਤ ਕੌਰ ਬਾਰੇ ਹੋਰ ਟਿਕਟੌਕ ਦੇ ਨੱਚਣ ਵਾਲੀਆਂ ਬਾਰੇ ਪਰ ਜਿਨ੍ਹਾਂ ਨੇ ਪੰਜਾਬੀਆਂ ਦਾ ਮਾਣ ਵਧਾਇਆ ਸਾਡਾ ਉਹਨਾਂ ਬਾਰੇ ਸਾਨੂੰ ਨਹੀਂ ਪਤਾ ਬਹੁਤ ਜ਼ਿਆਦਾ ਮਾੜੀ ਗੱਲ ਆ ਤੇ ਸੋਚਣ ਵਾਲੀ ਗੱਲ ਆ ਤੇ ਹੁਣ ਸਾਨੂੰ ਮੌਕਾ ਮਿਲਿਆ ਇਹ ਵੀਡੀਓ ਹਰ ਇੱਕ ਗਰੁੱਪਾਂ 'ਚ ਹਰ ਪਾਸੇ ਜਾਣੀ ਚਾਹੀਦੀ ਹਰ ਇੱਕ ਦੇ ਫੋਨ 'ਚ ਤਾਂ ਜੋ ਪਤਾ ਲੱਗ ਸਕੇ ਤੇ ਹੋਰ ਵੀ ਤੁਹਾਨੂੰ ਦਿਖਾਉਣਾ ਪੰਜਾਬੀ ਕੁੜੀਆਂ ਜਿਨ੍ਹਾਂ ਦੀਆਂ ਮੱਲਾ ਮਾਰੀਆਂ ਹੋਈਆਂ ਸੰਸਾਰ ਭਰ 'ਚ ਤੇ ਸਲੂਟ ਹੈ ਜੀ ਇਹਨਾਂ ਨੂੰ ਪਹਿਲੇ ਦਸਤਾਰ ਧਾਰੀ ਸਿੱਖ ਪਾਇਲਟ ਕੁੜੀ ਹੈ ਜੀ ਰਪਿੰਦਰ ਗੌਰ ਜੀ ਤੇ ਉਹਨਾਂ ਦੀ ਤੁਸੀਂ ਦੇਖ ਸਕਦੇ ਹੋ ਉਮਰ ਵੀ ਕਿੰਨੀ ਘੱਟ ਲੱਗਦੀ ਹੈ ਨਾ ਵੇਖਣ ਨੂੰ ਤੇ ਇਹਨਾਂ ਦੇ ਬਾਰੇ ਮੈਂ ਪੜਿਆ ਸੀ ਤੇ ਇਹਨਾਂ ਨੂੰ ਕਿਦਾਂ ਸ਼ੌਂਕ ਪਿਆ ਤੇ ਕਿਸ ਤਰ੍ਹਾਂ ਪਾਇਲਟ ਬਣੇ ਕਰਾਂਗੇ ਵੀਡੀਓ ਵੀ ਐ ਜੀ ਦੇਖੋ ਗੁਰਸੋਚ ਕੌਰ ਜੀ ਨਿਊਯਾਰਕ ਪੁਲਿਸ ਡਿਪਾਰਟਮੈਂਟ ਡਿਪਾਰਟਮੈਂਟ ਵਿੱਚ ਪਹਿਲੇ ਦਸਤਾਰ ਧਾਰੀ ਪੁਲਸ ਵਾਲੇ ਦੇਖ ਸਕਦੇ ਆ ਤੁਸੀਂ ਨਿਊਯਾਰਕ ਪੁਲਿਸ ਡਿਪਾਰਟਮੈਂਟ ਦਸਤਾਰ ਧਾਰੀ ਪੁਲਿਸ ਆਫੀਸਰ ਗੁਰਸੋਚ ਕੌਰ ਜੀ ਤੇ ਤੁਹਾਨੂੰ ਵੀ ਪਤਾ ਦਸਤਾਰ ਕਰਕੇ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਕਈ ਮੁਲਕਾਂ 'ਚ ਬੱਕਰੇ ਬੱਕਰੇ ਕਾਨੂੰਨ ਆ ਕਈ ਤਰ੍ਹਾਂ ਦੇ ਪਰ ਇਹ ਸੱਚੀ ਇਹਨਾਂ ਨੂੰ ਸਲਾਮ ਹੀ ਹੈ ਜੀ ਕਿਸਮ ਦਾ ਇਹਨਾਂ ਨੇ ਹਿੰਮਤ ਨਹੀਂ ਹਾਰੀ ਆਪਣੀ ਲੜਾਈ ਲੜੀ ਤੇ ਆਪਣੇ ਧਰਮ ਪ੍ਰਤੀ ਜੋ ਵੀ ਆਸਤਾ ਸ਼ਰਧਾ ਸੀ ਉਸ ਤੇ ਨਾਲ ਹੀ ਇਹ ਕੰਮ ਕਰਦੇ ਪਏ ਨੇ ਤੇ ਵੇਖ ਸਕਦੇ ਹੋ ਤੁਸੀਂ ਏ ਜੀ ਖੈਰਾ सिस्टर्स ਦੇਖ ਸਕਦੇ ਹੋ ਤੁਸੀਂ ਨਾ ਤੇ ਲਿਖਿਆ ਹੋਇਆ ਖੈਰਾ ਇਹਨਾਂ ਦੇ ਨੇਮ ਪਲੇਟ ਇਹ ਵੀ ਅਮਰੀਕਨ ਆਰਮੀ 'ਚ ਕੰਮ ਕਰਦੀਆਂ ਨੇ ਦੋਵੇਂ ਭੈਣਾਂ ਦੇਖ ਸਕਦੇ ਹੋ ਤੁਸੀਂ ਅਮਰੀਕਨ ਆਰਮੀ 'ਚ ਸਾਡੇ ਅਰਗੇ ਨੂੰ ਅਮਰੀਕਾ ਦਾ ਵੀਜ਼ਾ ਨਹੀਂ ਮਿਲਦਾ ਮੈਂ ਵੀ ਉਹਨਾਂ 'ਚੋਂ ਆ ਭਈ ਸਾਨੂੰ ਮਤਲਬ ਭਈ ਤੁਹਾਨੂੰ ਸਭ ਨੂੰ ਪਤਾ ਹੀ ਆ ਵੀ ਅਮਰੀਕਾ ਤੱਕ ਪਹੁੰਚਣਾ ਵੀ ਔਖਾ ਆ ਅਮਰੀਕਾ ਦੀ ਧਰਤੀ ਤੇ ਪਹੁੰਚਣਾ ਵੀ ਔਖਾ ਤੇ ਅਮਰੀਕਾ ਦੀ ਆਰਮੀ 'ਚ ਕੰਮ ਕਰਨਾ ਕਿੱਡੀ ਵੱਡੀ ਕਿੰਨੇ ਮਾਣ ਵਾਲੀ ਗੱਲ ਆ ਤੇ ਪੰਜਾਬੀ ਕੁੜੀਆਂ ਦੋਵੇਂ ਭੈਣਾ ਅਮਰੀਕਨ ਆਰਮੀ ਚ ਨੇ ਤੇ ਇਹ ਜੀ ਸਿਮਰਨ ਕੌਰ ਪਹਿਲੀ ਪੰਜਾਬੀ ਕੁੜੀ ਆ ਆਸਟ੍ਰੇਲੀਆ ਦੀ ਜਿਹੜੀ ਕਿ ਰਾਇਲ ਆਸਟ੍ਰੇਲੀਅਨ 에ਅਰ ਫੋਰਸ ਚ ਹੋਈ ਆ ਦੇਖ ਲਓ ਜੀ ਇਹ ਵੀ ਬਹੁਤ ਜ਼ਿਆਦਾ ਮਾਣ ਵਾਲੀ ਗੱਲ ਐ ਸਿਮਰਨ ਕੌਰ ਪਹਿਲੀ ਪੰਜਾਬੀ ਕੁੜੀ ਆ ਆਸਟ੍ਰੇਲੀਆ ਚ ਜੋ ਆ ਆਸਟ੍ਰੇਲੀਅਨ 에ਅਰ ਫੋਰਸ ਚ ਹੋਈ ਆ ਮਤਲਬ ਵੱਡੀਆਂ ਪੁਲਾੰਗਾਂ ਉੱਚੀਆਂ ਉਡਾਣਾ ਤੇ ਬਹੁਤ ਵਧੀਆ ਜੀ ਤੇ ਮਨਦੀਪ ਕੌਰ ਜੀ ਇਹ ਨਿਊਜ਼ੀਲੈਂਡ ਚ ਪਹਿਲੇ ਇੰਡੀਅਨ ਪੁਲਿਸ ਆਫਸਰ ਸੀ ਪੂਰੇ ਇੰਡੀਆ ਚ ਉਹ ਕਹਿ ਸਕਦੇ ਆ ਤੇ ਪੰਜਾਬੀ ਵੀ ਤੇ ਮਨਦੀਪ ਕੌਰ ਜੀ ਨਿਊਜ਼ੀਲੈਂਡ ਚ ਪਹਿਲੇ ਪੰਜਾਬੀ ਪੁਲਿਸ ਆਫਸਰ ਸੀ ਤੇ ਪਹਿਲੇ ਇੰਡੀਅਨ ਵੀ ਕਹਿ ਸਕਦੇ ਆ ਮਤਲਬ ਪੂਰੇ ਇੰਡੀਆ ਚ ਉਹ ਨਿਊਜ਼ੀਲੈਂਡ ਚ ਕੋਈ ਵੀ ਪੁਲਿਸ ਆਫਸਰ ਹੋਰ ਨਹੀਂ ਸੀ ਤੇ ਮਨਦੀਪ ਕੌਰ ਜੀ ਪਹਿਲੇ ਪੰਜਾਬੀ ਪੁਲਿਸ ਆਫਸਰ ਬਣੇ ਨਿਊਜ਼ੀਲੈਂਡ ਚ ਇਹ ਨੇ ਜੀ ਹਰਿੰਦਰ ਕੌਰ ਖਾਲਸਾ ਜੀ ਤੇ ਇਹ ਵੀ ਅਮਰੀਕਾ ਚ ਜਿਨ੍ਹਾਂ ਨੂੰ ਕੰਮ ਕਰਦੇ ਸਮੇਂ ਆਪਣੀ ਦਸਤਾਰ ਕਰਕੇ ਕਿਸ ਤਰ੍ਹਾਂ ਇਹਨਾਂ ਨੇ ਦਸਤਾਰ ਦੀ ਲੜਾਈ ਲੜੀ ਤੇ ਦਸਤਾਰ ਦੇ ਨਾਲ ਹੀ ਕਈ ਸਾਲ ਤੱਕ ਸਭ ਤੋਂ ਜ਼ਿਆਦਾ ਲੰਮੇ ਸਮੇਂ ਤੱਕ ਲੋ ਦੀ ਇਹਨਾਂ ਨੇ ਉੱਥੇ ਲੋ ਅਫਸਰ ਦੀ ਕੰਮ ਕੀਤਾ ਅਮਰੀਕਾ 'ਚ ਤੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਜਿਹੜੇ ਮਤਲਬ ਜਿਨ੍ਹਾਂ ਨੇ ਇਸ ਤਰ੍ਹਾਂ ਦਮਾਲੇ ਸਜਾਏ ਹੁੰਦੇ ਨੇ ਮਤਲਬ ਨਾ ਉਹਨਾਂ ਦੀ ਅੱਖਾਂ ਦਾ ਇੱਕ ਲੋ ਜਲੋ ਮੈਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਤੇ ਜਿਸ ਦਿਨ ਮੇਰ ਹੋਈ ਮੈਂ ਵੀ ਜਲਦੀ ਤੋਂ ਜਲਦੀ ਮਤਲਬ ਨਾ ਦਸਤਾਰ ਧਾਰੀ ਸਿੰਘ ਸਾਬ ਸੂਰਤ ਬਣਾਗਾ ਤੇ ਜਿਸ ਦਿਨ ਮੇਰ ਹੋ ਗਈ ਦਾਤੇ ਦੀ ਤੇ ਮਤਲਬ ਪਈ ਕੋਈ ਖੇਚਿਆ ਹਨਾ ਅੱਖਾਂ 'ਚ ਮੈਨੂੰ ਨਹੀਂ ਪਤਾ ਪਈ ਉਹ ਕੀ ਸਿਸਟਮ ਆ ਤੇ ਬਾਕੀ ਇਹ ਸੀ ਜੀ ਜੋ ਪੰਜਾਬੀ ਕੁੜੀਆਂ ਸੰਸਾਰ ਭਾਰ ਚ ਵਧੀਆ ਕੰਮ ਕਰ ਰਹੀਆਂ ਤੇ ਇਹਨਾਂ ਬਾਰੇ ਤਾਂ ਯਾਰ ਹੁਣ ਕਹਿਣਾ ਨਾ ਬੇਬੇ ਜੀ ਸ਼ੇਅਰ ਕਰੋ ਹਨਾ ਇਹ ਤਾਂ ਪਈ ਸਾਡਾ ਕਰਮ ਹੀ ਆ ਇੱਕ ਤਰ੍ਹਾਂ ਦਾ ਸਾਨੂੰ ਕਰਨਾ ਚਾਹੀਦਾ ਹਨਾ ਪਈ ਉਹਨਾਂ ਦੀ ਮਿਹਨਤ ਨੂੰ ਸਲੂਟ ਆ ਸਾਡਾ ਤੇ ਬਾਕੀ ਟਿਕਟੌਕ ਵਾਲੀਆਂ ਤਾਂ ਅਸੀਂ ਘਰ ਘਰ ਪਹਚਾਈ ਦਿੱਤੀਆਂ ਆ ਹਨਾ ਉਹਨਾਂ ਬਾਰੇ ਤਾਂ ਸਾਡੇ ਨਿਆਣਿਆਂ ਨੂੰ ਵੀ ਪਤਾ ਆ ਪਰ ਨਿਆਣਿਆਂ ਨੂੰ ਇਹਨਾਂ ਬਾਰੇ ਦੱਸੋ ਤਾਂ ਜੋ ਕੋਈ ਹੋਰ ਇਨਸਪਾਇਰ ਹੋ ਕੇ ਇਸ ਤਰ੍ਹਾਂ ਦਾ ਕਰ ਸਕੇ ਤੇ ਜਾਂਦੇ ਹੋਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਿੰਦੀ ਜਸਵਾਲ ਪਿੰਡ ਨਰੂੜ ਵਾਲਾ ਓਕੇ ਜੀ ਅਦਿਓਸ ਕਰ ਦਿਓ ਸ਼ੇਅਰ ਜੀ ਹੁਣ ਸਾਰੇ ਪਾਸੇ